ਇਸ ਟਾਈਮ ਦੀ ਵੱਡੀ ਅਤੇ ਅਹਿਮ ਖਬਰ ਪੰਜਾਬ ਪੁਲਿਸ ਇਨਕਾਊਂਟਰ ਨਾਲ ਜੁੜੀ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਹੈ ਲੁਧਿਆਣੇ ਦੇ ਦੁਰਾਹੇ ਵਿਚਕਾਰ ਦੋ ਗੈਂਗਸਟਰਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਵੱਲੋਂ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਦੋ ਗੈਂਗਸਟਰਾਂ ਨੂੰ ਪੁਲਿਸ ਪਤਾ ਲੱਗਾ ਜਦੋਂ ਪੁਲਿਸ ਨੂੰ ਕਿ ਗੈਂਗਸਟਰ ਦੁਰਾਹੇ ਦੇ ਕੋਲ ਲੁਕੇ ਹੋਏ ਨੇ ਤਾਂ ਪੁਲਿਸ ਪੈਰ ਦਬਦੀ ਦਬਦੀ ਉਹਨਾਂ ਦੇ ਮਗਰ ਪਹੁੰਚ ਗਈ ਅਤੇ ਮੌਕੇ ਤੇ ਜਦੋਂ ਗੈਂਗਸਟਰਾਂ ਨੂੰ ਗ੍ਰਿਫਤਾਰ ਹੋਣ ਲਈ ਕਿਹਾ ਗਿਆ ਪਰ ਗੈਂਗਸਟਰਾਂ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਜਵਾਬੀ ਫਾਇਰਿੰਗ ਦੇ ਦੌਰਾਨ ਪੁਲਿਸ ਵੱਲੋਂ ਦੋਨਾਂ ਗੈਂਗਸਟਰਾਂ ਨੂੰ ਠੇਰੀ ਕਰ ਦਿੱਤਾ ਗਿਆ ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇੱਕ ਪੁਲਿਸ ਨੌਜਵਾਨ ਦੇ ਵੀ ਗੋਲੀ ਲੱਗੀ ਹੈ ਅਤੇ ਜ਼ਖਮੀ ਹੋਇਆ ਹੈ ਪਰ ਇੱਥੇ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰ ਦਿੰਦੇ ਆ ਕਿ ਓਏ ਇਹ ਉਹ ਗੈਂਗਸਟਰ ਨੇ ਜਿਹੜੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਕਪੜਾ ਵਪਾਰੀ ਸੰਭਵ ਜੈਨ ਦਾ ਕਿਡਨਾਪ ਕੀਤਾ ਗਿਆ ਸੀ ਸੱਤ ਗੈਂਗਸਟਰਾਂ ਵੱਲੋਂ ਜਿਸ ਦੇ ਵਿੱਚੋਂ ਪੰਜ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਦੋ ਗੈਂਗਸਟਰਾਂ ਦੀ ਭਾਲ ਚੱਲ ਰਹੀ ਸੀ ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸੰਭਮ ਜੈਨ ਦੇ ਪੈਰ ਵਿੱਚ ਗੋਲੀ ਮਾਰ ਕੇ ਉਸਦੇ ਪਰਿਵਾਰ ਕੋਲੋਂ ਫਰੋਤੀ ਮੰਗੀ ਗਈ ਸੀ ਵੱਡੀ ਰਕਮ ਮੰਗੀ ਗਈ ਸੀ ਅਤੇ ਸੰਭਵ ਜੈਨ ਦਾ ਹਸਪਤਾਲ ਦੇ ਵਿੱਚ ਪਤਾ ਲੈਣਾ ਸੁਖਵੀਰ ਬਾਦਲ ਤੇ ਹੋਰ ਵੀ ਕਈ ਲੀਡਰ ਪਹੁੰਚ ਰਹੇ ਸੀ ਜੋ ਪੰਜਾਬ ਦੀ ਜਿਹੜੀ ਸਥਿਤੀ ਤੇ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਵੱਡੇ ਸਵਾਲ ਖੜੇ ਹੋ ਰਹੇ ਸੀ ਪਰ ਤੁਹਾਨੂੰ ਦੱਸ ਦਿੰਦੇ ਨੇ ਕਿ ਅੱਜ ਮੌਕੇ ਤੇ ਹੀ ਦੋ ਗੈਂਗਸਟਰਾਂ ਨੂੰ ਜਿਨ੍ਹਾਂ ਨੇ ਕੱਪੜੇ ਦੇ ਵਪਾਰੀ ਸੰਭਵ ਜੈਨ ਨੂੰ ਕਿਕਨੈਪ ਕੀਤਾ ਸੀ ਸੱਤ ਗੈਂਗਸਟਰਾਂ ਨੇ ਜਿਨ੍ਹਾਂ ਦੋਹਾਂ ਦੀ ਗੈਂਗਸਟਰਾਂ ਦੀ ਭਾਲ ਚੱਲ ਰਹੀ ਸੀ ਉਹਨਾਂ ਨੂੰ ਅੱਜ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਗਿਆ ਅਤੇ ਉਹਨਾਂ ਨੇ ਵੀ ਜਦੋਂ ਗ੍ਰਿਫਤਾਰ ਕਰਨ ਲਈ ਦੋਨਾਂ ਗੈਂਗਸਟਰਾਂ ਨੂੰ ਕਿਹਾ ਗਿਆ ਤਾਂ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੇ ਜਵਾਬੀ ਫਾਇਰਿੰਗ ਦੌਰਾਨ ਪੁਲਿਸ ਨੇ ਦੋਨਾਂ ਗੈਂਗਸਟਰਾਂ ਨੂੰ ਟਹਿਟਿਲ ਕਰ ਦਿੱਤਾ ਹੁਣ ਤੁਹਾਨੂੰ ਦੱਸਦੀ ਕਿ ਜਿਹੜੇ ਦੋ ਗੈਂਗਸਟਰ ਸੀ ਉਹਨਾਂ ਦੀ ਪਛਾਣ ਮ੍ਰਿਤਕ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਉਰਫ ਸੰਜੂ ਅਤੇ ਸ਼ੁਭਮ ਗੋਪੀ ਸ਼ੁਭਮ ਗੋਪੀ ਦੇ ਨਾਲ ਦੋਨਾਂ ਗੈਂਗਸਟਰਾਂ ਦੀ ਪਹਿਚਾਨ ਹੋਈ ਹੈ ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਟਾਈਮ ਦੀ ਵੱਡੀ ਅਤੇ ਅਹਿਮ ਖਬਰ ਪੁਲਿਸ ਇਨਕਾਊਂਟਰ ਨਾਲ ਜੁੜੀ ਆ ਰਹੀ ਹੈ ਪੰਜਾਬ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਹੈ ਲੁਧਿਆਣੇ ਦੇ ਦੁਰਾਹੇ ਦੇ ਵਿੱਚਕਾਰ ਦੋ ਗੈਂਗਸਟਰਾਂ ਨੂੰ ਮੌਕੇ ਤੇ ਹੀ ਟਹਿ ਟੇਰੀ ਕਰ ਦਿੱਤਾ ਗਿਆ ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਪੰਜਾਬ ਪੁਲਿਸ ਇਹਨਾਂ ਦੋਨਾਂ ਗੈਂਗਸਟਰਾਂ ਦੀ ਭਾਲ ਕਾਫੀ ਦਿਨਾਂ ਤੋਂ ਕਰ ਰਹੀ ਸੀ ਕਿਉਂਕਿ ਸੱਤ ਗੈਂਗਸਟਰਾਂ ਨੇ ਰਲ ਕੇ ਇੱਕ ਕੱਪੜੇ ਦੇ ਵਪਾਰੀ ਸੰਮਵ ਜੈਨ ਨੂੰ ਗ੍ਰਿਫਤਾਰ ਕੀਤਾ ਕਿਡਨਾਪ ਕੀਤਾ ਸੀ ਮਾਫੀ ਚਾਹੁੰਨੇ ਕਿਡਨਾਪ ਕੀਤਾ ਸੀ ਅਤੇ ਬਾਅਦ ਦੇ ਵਿੱਚ ਉਸਦੇ ਪੈਰ ਵਿੱਚ ਗੋਲੀ ਮਾਰ ਕੇ ਉਸਦੇ ਪਰਿਵਾਰ ਕੋਲੋਂ ਵੱਡੀ ਰਕਮ ਜਾਨੀ ਕਿ ਫਰੋਤੀ ਮੰਗੀ ਗਈ ਸੀ ਅਤੇ ਜਦੋਂ ਹਸਪਤਾਲ ਵਿੱਚ ਸੰਮਵ ਜੈਨ ਪੀੜਤ ਸਥਿਤੀ ਦੇ ਵਿੱਚ ਦਾਖਲ ਹੋਇਆ ਸੀ ਤਾਂ ਸੁਖਵੀਰ ਬਾਦਲ ਤੇ ਹੋਰ ਵੀ ਕਈ ਲੀਡਰ ਉਸ ਦਾ ਹਾਲ ਚਾਲ ਤੋਂ ਜਾਣਨ ਵਾਸਤੇ ਪਹੁੰਚਦੇ ਆ ਅਤੇ ਪਹੁੰਚਣ ਤੋਂ ਬਾਅਦ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੱਡੇ ਵੱਡੇ ਸਵਾਲੀਆ ਚਿੰਨ੍ਹ ਖੜੇ ਹੋ ਗਈ ਸੀ ਪਰ ਅੱਜ ਪੰਜਾਬ ਪੁਲਿਸ ਨੇ ਇਹ ਸਾਰੇ ਸਵਾਲੀਆਂ ਚੰਨ ਮਟਾ ਦਿੱਤੇ ਕਿਉਂਕਿ ਦੋਨੇ ਗੈਂਗਸਟਰਸ ਜਿਹੜੇ ਉਹਨਾਂ ਦੀ ਭਾਲ ਜਾਰੀ ਸੀ ਪਰ ਅੱਜ ਮੌਕੇ ਤੇ ਪੁਲਿਸ ਨੇ ਦੁਰਾਹੀ ਕੋਲ ਉਹਨਾਂ ਨਾਲ ਇਨਕਾਊਂਟਰ ਦੇ ਵਿੱਚ ਢਹਿ ਢੇਰੀ ਕਰ ਦਿੱਤਾ ਗਿਆ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਅਤੇ ਇੱਕ ਪੁਲਿਸ ਮੁਲਾਜ਼ਮ ਵੀ ਇਸ ਜਿਹੜੀ ਮੁੱਠ ਭੇੜ ਦੇ ਵਿੱਚ ਜ਼ਖਮੀ ਹੋਇਆ ਹੈ ਤੇ ਦੋਨਾਂ ਗੈਂਗਸਟਰਾਂ ਦੀ ਪਛਾਣ ਵੀ ਦੱਸ ਦਿੰਦੇ ਆ ਕਿ ਸੰਜੀਵ ਕੁਮਾਰ ਉਰਫ ਸੰਜੂ ਸ਼ਬਮ ਗੋਪੀ ਸ਼ਬਮ ਗੋਪੀ ਦੇ ਨਾਲ ਦੋਨਾਂ ਗੈਂਗਸਟਰਾਂ ਦੀ ਪਹਿਚਾਨ ਹੋਈ ਹੈ ਅਤੇ ਕੱਪੜੇ ਦੇ ਵਪਾਰੀ ਨੂੰ ਜਰੂਰ ਕੈਪਟੇਨ ਕੀਤਾ ਗਿਆ ਸੀ ਅਤੇ ਕੈਪਟੇਨ ਕਰਨ ਤੋਂ ਬਾਅਦ ਮੋਟੀ ਫਰौती ਉਸਦੇ ਪਰਿਵਾਰ ਕੋਲੋਂ ਮੰਗੀ ਸੀ ਸ਼ੁਭਮ ਜੈਨ ਦੇ ਜਿਹੜੇ ਪੈਰ ਦੇ ਵਿੱਚ ਗੋਲੀ ਮਾਰ ਕੇ ਕੱਪੜੇ ਦੇ ਵਪਾਰੀ ਨੂੰ ਇਹਨਾਂ ਨੇ ਕੈਪਟੇਨ ਕੀਤਾ ਸੀ 7 ਗੈਂਗਸਟਰਾਂ ਵੱਲੋਂ ਜਿਨ੍ਹਾਂ ਦੇ ਵਿੱਚੋਂ 5 ਗੈਂਗਸਟਰ ਮੌਕੇ ਤੇ ਕੁਝ ਦਿਨਾ ਬਾਅਦ ਹੀ ਕਾਬੂ ਕਰ ਲਈ ਸੀ ਪਰ ਜਿਹੜੇ ਇਹ ਦੋ ਗੈਂਗਸਟਰ ਆ ਇਹਨਾਂ ਦੀ ਪੁਲਿਸ ਨੂੰ ਭਾਲ ਕਾਫੀ ਜਾਰੀ ਸੀ ਪਰਵਾਦ ਦੇ ਵਿੱਚ ਅੱਜ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਲੁਧਿਆਣੇ ਤੇ ਦੁਰਾਹੇ ਦੇ ਕੋਲ ਇਹ ਦੋਨੇ ਗੈਂਗਸਟਰ ਕਿਤੇ ਲੁਕੇ ਹੋਏ ਆ ਤਾਂ ਪੁਲਿਸ ਪੈਰ ਦੱਬਦੀ ਦੱਬਦੀ ਇਹਨਾਂ ਦੇ ਪਿੱਛੇ ਪਹੁੰਚਦੀ ਹੈ ਅਤੇ ਇਹਨਾਂ ਨੂੰ ਗ੍ਰਿਫਤਾਰਨ ਕਰਨ ਗ੍ਰਿਫਤਾਰ ਹੋਣ ਵਾਸਤੇ ਇੱਕ ਮੌਕਾ ਦਿੰਦੀ ਹੈ ਪਰ ਜਵਾਬੀ ਵਿੱਚ ਜਦੋਂ ਗੈਂਗਸਟਰਾਂ ਵੱਲੋਂ ਪੁਲਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਬਾਅਦ ਦੇ ਵਿੱਚ ਪੁਲਿਸ ਵੀ ਇਸ ਦਾ ਜਵਾਬੀ ਫਾਇਰਿੰਗ ਕਰਦੀ ਹੈ ਤਾਂ ਦੋਨਾਂ ਗੈਂਗਸਟਰਾਂ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ